ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਔਰ ਮੈਂ ਤੁਹਾਡੇ ਨਾਲ ਇਰਫਾਨ ਸਮੋਰ। ਇਸ ਵੇਲੇ ਅਸੀਂ ਨਨਕਾਣਾ ਸਾਹਿਬ ਦੇ ਮੋਟਰਵੇ 'ਤੇ ਖੜ੍ਹੇ ਹਾਂ। ਇੱਥੋਂ ਰਸਤਾ ਨਨਕਾਣਾ ਸਾਹਿਬ ਜਾ ਰਿਹਾ, ਪਿੱਛੇ ਤੁਸੀਂ ਦੇਖ ਰਹੇ ਹੋ ਮੋਟਰਵੇ। ਇੱਕ ਕਪਲ ਹੈ ਮੇਰੇ ਨਾਲ ਮੌਜੂਦ ਹੈ ਔਰ ਇਹ ਗੁਰਦੁਆਰਾ ਨਨਕਾਣਾ ਸਾਹਿਬ ਜਾ ਰਹੇ ਨੇ ਔਰ ਆਈ ਥਿੰਕ ਬਾਹਰੋਂ ਆਏ ਨੇ। ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਇਹਨਾਂ ਨਾਲ ਸਾਡੀ ਮੋਟਰਵੇ 'ਤੇ ਹੀ ਮੁਲਾਕਾਤ ਹੋ ਗਈ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਅਸੀਂ ਆਏ ਹਾਂ ਇੰਡੋਨੇਸ਼ੀਆ ਤੋਂ ਹੈਗੇ। ਇੰਡੋਨੇਸ਼ੀਆ ਤੋਂ ਆਏ ਨੇ ਜੀ। ਇੰਡੋਨੇਸ਼ੀਆ ਤੋਂ ਸਾਡੇ ਪ੍ਰਾਹੁਣੇ ਆਏ ਨੇ ਜੀ। ਸਭ ਤੋਂ ਪਹਿਲਾਂ ਸਰਦਾਰ ਜੀ, ਤੁਹਾਨੂੰ ਪਾਕਿਸਤਾਨ 'ਚ ਵੈਲਕਮ ਕਹਿੰਦੇ ਹਾਂ ਜੀ। ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਬਹੁਤ ਖੁਸ਼ੀ ਹੋਈ ਪਾਕਿਸਤਾਨ। ਕੀ ਨਾਮ ਆ ਜੀ ਆਪ ਜੀ ਦਾ? ਜਗਦੀਸ਼ ਸਿੰਘ ਢਿੱਲੋਂ। ਅੱਛਾ, ਢਿੱਲੋਂ ਸਾਹਿਬ ਇੰਡੋਨੇਸ਼ੀਆ ਤੋਂ ਆਏ। ਹਾਂਜੀ। ਹੁਣ ਡਾਇਰੈਕਟ ਆ ਰਹੇ ਹੋ ਜਾਂ ਹੋਟਲ 'ਚ ਸਟੇਅ ਕੀਤਾ? ਕਿੱਥੇ ਰੁਕੇ ਹੋ? ਰਾਤੀ ਅਸੀਂ ਪਹੁੰਚੇ ਸੀ ਤਕਰੀਬਨ ਲੇਟ ਨਾਈਟ। ਓਕੇ। ਅਤੇ ਉੱਥੋਂ ਫਿਰ ਅਸੀਂ ਪਾਰਕ ਲੇਨ ਹੋਟਲ ਕਿੱਥੇ ਲਾਹੌਰ ਉੱਥੇ ਠਹਿਰੇ ਸੀ, ਆਲਮ ਰੋਡ 'ਚ। ਅਤੇ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਸੀ ਨਾ, ਜਦੋਂ ਏਅਰਪੋਰਟ 'ਚੋਂ ਨਿਕਲੇ ਅਤੇ ਤੁਹਾਡੀ ਆਰਮੀ ਆ ਗਈ। ਅੱਛਾ, ਪੁਲਿਸ ਕੇ ਆਰਮੀ? ਆਈ ਐਮ ਨੋਟ ਵੈਰੀ ਸ਼ੋਰ ਕਿ ਉਹ ਆਰਮੀ ਨੇ ਅਤੇ ਪੁਲਿਸ ਨੇ ਇਹ ਕਿਹਾ ਸੀ ਕਿੱਥੇ ਲੈ ਜਾ ਰਹੇ ਇਹਨੂੰ। ਡਰਾਈਵਰ ਨੂੰ ਪੁੱਛਿਆ, ਡਰਾਈਵਰ ਦਾ ਨੰਬਰ ਦਿੱਤਾ ਹੋਇਆ ਅਤੇ ਸਹੀ ਸਲਾਮਤ ਪਹੁੰਚਾਉਣਾ ਪਾਰਕ ਹੋਟਲ 'ਚ। ਅੱਛਾ। ਅਤੇ ਮੈਨੂੰ ਮਤਲਬ ਨਾ ਸੈਟੀਸਫੈਕਸ਼ਨ ਹੋਈ, ਬਹੁਤ ਖੁਸ਼ੀ ਹੋਈ ਵੀ ਸਾਡੀ ਇੰਨੀ ਰਿਸਪੈਕਟ ਹੋਣ ਦੀ ਇੱਥੇ ਪਾਕਿਸਤਾਨ ਦੇ ਵਿੱਚ। ਅਤੇ ਵੈਸੇ ਰੀਅਲੀ ਇਟ ਇਜ਼ ਅ ਬਿਊਟੀਫੁਲ ਕੰਟਰੀ, ਆਈ ਲਾਈਕ ਇਟ। ਅਤੇ ਹਰ ਸਾਲ ਆਵਾਂਗਾ ਜ਼ਰੂਰ, ਕਿਰਪਾ ਹੋਏ ਵਾਹਿਗੁਰੂ ਜੀ ਦੀ ਅਤੇ ਹਰ ਸਾਲ ਆਵਾਂਗੇ। ਮਿਸਿਸ ਢਿੱਲੋਂ ਜੀ, ਤੁਸੀਂ ਕੀ ਕਹੋਗੇ? ਤੁਸੀਂ ਕੁਝ ਪਰਾਂਠੇ ਬਾਰੇ ਗੱਲ ਕਰ ਰਹੇ ਸੀ, ਕੀ ਖਾਧਾ ਪੀਤਾ ਤੇ ਕਿਹਸਾ ਲੱਗਾ? ਅਸੀਂ ਰਾਤੀ ਪਰਾਂਠਾ ਰੋਲ ਖਾਧਾ ਸੀ ਜਿਹੜਾ ਕਿ ਬਹੁਤ ਹੀ ਸਵਾਦ ਹੈਗਾ ਸੀ। ਹੁਣ ਇਸ ਤੋਂ ਇਲਾਵਾ ਹੋਰ ਜਿਹੜੇ ਖਾਣੇ ਉਹਨਾਂ ਨੂੰ ਵੀ ਟਰਾਈ ਕਰਾਂਗੇ। ਔਰ ਜਿਸ ਤਰ੍ਹਾਂ ਕਿ ਕੀ ਪਸੰਦ ਸੀ ਹੋਰ ਜਿਹੜੇ ਖਾਣੇ? ਹੋਰ ਪਲਾਨਿੰਗ ਕੀਤੇ? ਹਾਂਜੀ, ਬੜੇ ਪਲਾਨਿੰਗ ਕੀਤੇ ਹੋਏ ਹੈਗੇ ਨੇ, ਬੜੇ ਪਲਾਨਿੰਗ ਕੀਤੇ। ਬਸ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੈਗੀ ਆ ਅਤੇ ਬਹੁਤ ਚੰਗਾ ਲੱਗਾ ਅਤੇ ਬਿਊਟੀਫੁਲ ਕੰਟਰੀ। ਅੱਛਾ, ਢਿੱਲੋਂ ਸਾਹਿਬ ਫਸਟ ਟਾਈਮ ਪਾਕਿਸਤਾਨ ਆਉਣ ਹੋਇਆ? ਫਸਟ ਟਾਈਮ ਜੀ। ਐਕਚੁਲੀ ਨਾ ਮਤਲਬ ਹਰ ਸਾਲ ਅਸੀਂ ਕਹਿੰਦੇ ਵੀ ਨਨਕਾਣਾ ਸਾਹਿਬ ਕਦੋਂ ਪਹੁੰਚਾਂਗੇ ਕਦੋਂ ਪਹੁੰਚਾਂਗੇ, ਬੁਲਾਵਾ ਆ ਗਿਆ ਅੱਜ ਅਤੇ ਕਿਰਪਾ ਹੋ ਗਈ, ਪਹਿਲੀ ਵਾਰ ਆਏ। ਅੱਛਾ, ਹੁਣ ਅੱਗੇ ਕੀ ਪਲੈਨਸ ਨੇ ਤੁਹਾਡੇ? ਪਲੈਨਸ ਵਾਪਸ ਹੀ ਸਾਡੀ 14 ਤਰੀਕ ਅਤੇ ਪੂਰਾ ਸ਼ੋਪਿੰਗ ਕਰਾਂਗੇ ਇੱਥੇ ਅਤੇ ਬਾਕੀ ਹੋਰ ਜਗ੍ਹਾ ਦੇਖਣੀਆਂ ਹੈਗੀਆਂ ਜਿੱਥੇ ਪੰਜਾ ਸਾਹਿਬ ਜਾ ਰਹੇ ਤੋ ਬਾਕੀ ਹੋਰ ਕਾਫੀ ਜੋ ਇਸਤਿਹਾਰ ਜਿਹੜੀ ਜਗ੍ਹਾ ਜਿਹੜੀ ਕਿਹੜੀ ਹੈ? ਆਪਣੇ ਪੰਜਾ ਸਾਹਿਬ ਜਾਵਾਂਗੇ, ਫਿਰ ਲਾਹੌਰ ਦੇ ਗੁਰਦੁਆਰਾ ਸਾਹਿਬ ਦੇਖਾਂਗੇ, ਕਰਤਾਰਪੁਰ ਸਾਹਿਬ ਜਾਵਾਂਗੇ, ਗੁਜਰਾਵਾਲਾ ਵੀ ਗੁਰਦੁਆਰਾ ਸਾਹਿਬ ਨੇ, ਫਿਰ ਅਸੀਂ ਕਸੂਰ ਜਾਵਾਂਗੇ, ਬਾਬਾ ਬੁੱਲੇ ਸ਼ਾਹ ਦੀ ਮਜ਼ਾਰ 'ਤੇ ਵੀ ਜਾਵਾਂਗੇ। ਹਾਂਜੀ। ਅੱਛਾ, ਜਿਹੜੇ ਬਾਹਰੋਂ ਲੋਕ ਆਉਂਦੇ ਨੇ ਨਾ, ਬੜੇ ਸਮਾਰਟ ਲੋਕ ਹੁੰਦੇ ਨੇ, ਪਹਿਲਾਂ ਹੀ ਰਿਸਰਚ ਕਰਕੇ ਆਉਂਦੇ ਨੇ, ਇੱਕ ਰੋਡ ਮੈਪ ਬਣਾ ਕੇ ਆਉਂਦੇ ਨੇ ਅਸੀਂ ਕਿੱਥੇ ਕਿੱਥੇ ਜਾਣਾ, ਅਤੇ ਤੁਹਾਡੀ ਕੀ ਪਲੈਨਿੰਗ ਹੈ? ਕੁਛ ਹੈ? ਨਾ, ਸਾਡੀ ਜੋ ਵਾਹਿਗੁਰੂ ਨੇ ਲਿਖਿਆ ਜਿੱਥੇ ਸਾਨੂੰ ਬੁਲਾਇਆ ਪਿਆ ਜਿੱਥੇ ਅਸੀਂ ਜਾ ਸਕਦੇ ਹਾਂ ਆਪਾਂ ਜਾਵਾਂਗੇ ਅਤੇ ਮਜ਼ਾ ਨਾਲ, ਮਤਲਬ ਪਲਾਨਿੰਗ ਕਰਕੇ ਆਹ ਡਰਨਾ ਉਹ ਡਰਨਾ ਕੋਈ ਡਰ ਨਹੀਂ। ਅੱਛਾ। ਅਤੇ ਵੈਲਕਮ ਵੀ ਇੰਨੀ ਵਧੀਆ ਹੋਈ ਅਤੇ ਮਤਲਬ ਬਹੁਤ ਖੁਸ਼ੀ ਹੋਈ ਸਾਨੂੰ ਅਤੇ ਖੁਸ਼ੀ ਨਾਲ ਆਏ ਅਤੇ ਜਾਵਾਂਗੇ ਖੁਸ਼ੀਆਂ ਨਾਲ। ਆਰ ਯੂ ਐਕਸਪੈਕਟਿੰਗ ਦੈਟ ਵੈਲਕਮ? ਉਹ ਪਹਿਲਾਂ ਨਹੀਂ ਸੀ, ਜਿੱਦਾਂ ਸੁਣੀਦਾ ਹੈਗਾ ਨਾ। ਨਾ ਨਾ। ਅੱਛਾ। ਪਰ ਵੇਖ ਕੇ ਤੇ ਇਹ ਤਾਂ ਰੀਅਲੀ ਪਾਕਿਸਤਾਨ ਦੀ ਸਾਡਾ ਹੀ ਆ, ਬਿਲਕੁਲ ਹੋਰ ਕਿਸੇ ਦਾ ਨਹੀਂ ਹੈਗਾ। ਤੁਹਾਡੀਆਂ ਕੀ ਐਕਸਪੈਕਟੇਸ਼ਨ ਸੀ ਜੀ? ਮੇਰੀ ਐਕਸਪੈਕਟੇਸ਼ਨ ਵੀ ਸੇਮ ਹੀ ਸੀ ਮਤਲਬ ਕਿ, ਬਟ ਬਹੁਤ ਅੱਛਾ ਵੈਲਕਮ ਹੋਇਆ, ਬਹੁਤ ਸੋਹਣਾ ਅਤੇ ਬੜੀ ਖੁਸ਼ੀ ਹੋਈ ਹੈਗੀ ਆ, ਬਸ ਇਹੀ ਕਹਾਂਗੇ। ਹੈਂ।
ਤੁਹਾਡੀ ਗੱਲ ਕਰ ਰਹੇ ਸੀ ਪਾਕਿਸਤਾਨੀ ਜਿਹੜੇ ਫੂਡਸ ਨੇ ਉਹਨਾਂ ਤੇ ਕੁਝ ਖਾਸ ਰਿਸਰਚ ਹੈ, ਕੀ ਕੀ ਖਾਣਾ ਕੋਈ ਪਲਾਨ ਕਰਕੇ ਆਏ? ਨਹੀਂ, ਬੜੀ ਪਲਾਨ ਬੜੀ ਸੀ। ਲਾਹੌਰ ਦੇ ਖਾਣੇ ਬੜੇ ਫੇਮਸ ਹੈਗੇ ਨੇ, ਲਾਹੌਰ ਦੇ ਨਾਨ ਨੇ, ਆਪਾਂ ਕਹੋ ਹਲਵਾ ਪੂਰੀ ਆ, ਔਰ ਵੀ ਜੋ ਵੀ ਕੁਛ ਮਿਲਦੇ ਜਾਵਾਂਗੇ ਤੇ ਖਾਂਦੇ ਜਾਵਾਂਗੇ। ਠੀਕ ਹੈ। ਅਤੇ ਲੱਸੀ ਪਾਕਿਸਤਾਨ ਦੀ, ਲਾਹੌਰ ਦੀ ਸਪੈਸ਼ਲ ਲੱਸੀ ਜ਼ਰੂਰ ਪੀਣਾ, ਬਹੁਤ ਮਸ਼ਹੂਰ ਆ। ਠੀਕ ਹੈ ਠੀਕ ਹੈ, ਲੱਸੀ ਵੀ ਜ਼ਰੂਰ ਪੀਵਾਂਗੇ, ਜ਼ਰੂਰ। ਲੱਸੀ ਤੋਂ ਬਿਨਾਂ ਕਿੱਦਾਂ ਜੀ ਸਕਦੇ? ਅੱਛਾ ਸਰ ਜੀ, ਤੁਸੀਂ ਇੰਡੀਵਿਜੁਅਲੀ ਆਏ ਹੋ, ਜਿੱਥੇ ਜਾਓਗੇ ਖੁਦ ਹੀ ਮੂਵ ਕਰੋਗੇ ਜਾਂ ਕਿਸੇ ਕੋਨਵਾਏ ਵਗੈਰਾ ਕਿਸੇ ਗਰੁੱਪ ਦੇ ਨਾਲ ਅਟੈਚ ਹੋਵੋ? ਖੁਦ ਵੀ, ਕਿਉਂਕਿ ਦੇਖੋ ਹੁਣ ਜਿਸ ਤਰ੍ਹਾਂ ਸਾਨੂੰ ਡਰਾਈਵਰ ਸਾਹਿਬ ਮਿਲਿਆ, ਭਰਾ ਹੀ ਲੱਗਦਾ ਸਾਡਾ, ਅਤੇ ਇਹਨਾਂ ਰਾਹੀਂ ਇੰਨੀ ਖੁਸ਼ੀ ਹੋਈ, ਇਹ ਇੱਕਦਮ ਕਲੀਅਰ ਦੱਸਦੇ ਸਾਨੂੰ ਇਹ ਕੀ ਹੈਗਾ ਆ, ਕਿੱਥੇ ਜਾਣਾ ਆ, ਕੀ ਆ, ਮਤਲਬ ਇਟ ਇਜ਼ ਲਾਈਕ ਅ ਫੈਮਿਲੀ, ਆਈ ਲਾਈਕ ਇਟ ਵੈਰੀ ਮਚ। ਅੱਛਾ, ਇੱਕ ਤਾਂ ਫਸਟ ਪ੍ਰਾਇਰਿਟੀ ਹੁੰਦੀ ਹੈ ਕਿ ਤੁਸੀਂ ਗੁਰਦੁਆਰਿਆਂ ਜਾਣਾ, ਮੱਥਾ ਟੇਕਣਾ ਹੈ, ਅਤੇ ਸੈਕਿੰਡ ਐਕਸਾਈਟਮੈਂਟ ਕੀ ਸੀ ਤੁਹਾਡੀ? ਸ਼ੋਪਿੰਗ, ਜਿਸ ਤਰ੍ਹਾਂ ਮੈਡਮ ਸ਼ੋਪਿੰਗ ਕਰਨ ਆਈ ਸੀ। ਦੇਖੋ ਸ਼ੁਰੂ ਤੋਂ ਨਾ, ਜਦੋਂ ਦਾ ਮੇਰਾ ਵਿਆਹ ਹੋਇਆ, ਮੇਰੀ ਘਰ ਵਾਲੀ ਡੇਲੀ ਨਾ ਇੰਡੋਨੇਸ਼ੀਆ 'ਚ ਵੇਖ ਕੇ ਕੋਈ ਇੰਡੀਅਨ ਚੈਨਲ ਨਹੀਂ ਦੇਖਦੀ। ਜਿੰਨੇ ਤੁਹਾਡੇ ਪਾਕਿਸਤਾਨ ਦੇ ਡਰਾਮੇ ਦਿਨ ਤੋਂ ਰਾਤ 'ਚ ਕਈ ਵਾਰ ਲੜ ਵੀ ਪੈਂਦੇ, ਵੀ ਤੂੰ ਡਰਾਮੇ ਦੇਖਣ ਡਈ ਆ ਪਾਕਿਸਤਾਨ ਦੇ, ਦੂਸਰਾ ਕੰਮ ਵੀ ਕਰ, ਸਾਨੂੰ ਵੀ ਦੇਖ ਕਿ ਰੋਟੀ ਪਕਾ ਕੁਛ ਕਰ। ਤੋ ਉਹ ਨਾ ਸੋਚਿਆ ਵੀ ਆਉਣਾ ਇੱਥੇ ਪਾਕਿਸਤਾਨ ਦੇ ਡਰਾਮੇ ਦੇਖ ਦੇਖ ਕੇ, ਮਤਲਬ ਬਹੁਤ ਖੁਸ਼ੀ ਹੁੰਦੀ, ਅਤੇ ਬੁਲਾਵਾ ਆ ਗਿਆ। ਪਾਕਿਸਤਾਨੀ ਸੀਰੀਅਲਸ ਵਰਲਡ ਵਾਈਡ ਦੇਖੇ ਜਾਂਦੇ ਨੇ? ਹਾਂਜੀ ਹਾਂਜੀ, ਆਪਾਂ ਦੇਖਦੇ ਤੇ ਦੱਸੋ ਕਿਹੜਾ 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 ਫੇਵਰੇਟ ਸੀਰੀਅਲ ਹੈ ਜੀ, ਤੇ ਅੱਜ ਕੱਲ੍ਹ ਕਿਹੜਾ ਦੇਖ ਰਹੇ ਹੋ? ਅੱਜ ਕੱਲ੍ਹ ਮੈਂ ਤਾਂ ਇੰਨੇ ਜ਼ਿਆਦਾ ਦੇਖ ਰਹੀ ਹਾਂ ਕਿ ਮੈਨੂੰ ਖੁਦ ਨਾ ਹੀ ਭੁੱਲ ਜਾਂਦੇ ਹੈਗੇ ਕਿ ਕਿਹੜੇ ਕਿਹੜੇ ਦੇਖਦੀ ਹੈਗੀ ਆ। ਬੜੇ ਜ਼ਿਆਦਾ ਦੇਖੇ ਹੋਏ ਹੈਗੇ ਆ, ਜੈਸੇ ਜਿਵੇਂ ਹਮ ਸਫ਼ਰ, ਜ਼ਿੰਦਗੀ ਗੁਲਜ਼ਾਰ ਹੈ, ਅੱਜ ਕੱਲ੍ਹ ਵੀ ਬੜੇ ਚੱਲਦੇ ਪਏ ਆ, ਫਰੋਡ ਚੱਲਦਾ ਪਿਆ ਵਾ, ਬਖਤਾਵਰ ਆ, ਬੜੇ ਜ਼ਿਆਦਾ ਹੈਗੇ ਆ, ਇਸ ਕਰਕੇ ਮੈਂ ਸਾਰੇ ਹੀ ਡਰਾਮੇ ਦੇਖਦੀ ਹਾਂ। ਤੁਸੀਂ ਜਿੱਤੇ ਜੀ, ਸਾਡੇ ਨਾਲੋਂ ਵੀ ਜ਼ਿਆਦਾ ਦੇਖਦੇ ਹੋ, ਅਤੇ ਇਹ ਦੱਸੋ ਫੇਵਰੇਟ ਐਕਟਰ ਜਾਂ ਐਕਟਰੈਸ ਕਿਹੜੇ ਨੇ? ਫੇਵਰੇਟ ਐਕਟਰ ਨੁਮਾਨ ਇਜ਼ਾਸ, ਔਰ ਐਕਟਰੈਸ ਤਾਂ ਬਹੁਤ ਜ਼ਿਆਦਾ ਹੈਗੀ ਆ। ਅੱਛਾ, ਹਾਂਜੀ, ਸਭਾ ਕਮਰ। ਸਭਾ ਕਮਰ, ਯੈਸ। ਅਤੇ ਸਰ ਜੀ, ਇਹ ਦੱਸੋ ਕਿ ਤੁਸੀਂ ਇੱਕ ਤਾਂ ਗੁਰਦੁਆਰਿਆਂ ਜਾਣਾ, ਹੋਰ ਕਿੱਥੇ ਕਿੱਥੇ ਜਾਣਾ, ਸ਼ੋਪਿੰਗ ਕਰਨੀ, ਹੋਰ ਕੋਈ ਲਾਗੇ ਜਿਹੜੇ ਪਿੰਡ ਨੇ ਜਾਂ ਹੋਰ ਸ਼ਹਿਰ ਨੇ, ਕਿੱਥੇ ਕੋਈ ਵਿਜ਼ਿਟ ਦਾ ਕੋਈ ਪਲਾਨ ਹੈ? ਵਿਜ਼ਿਟ ਦਾ ਨਾਲ ਨਾਲ ਬਣਦਾ ਰਹੇਗਾ, ਨਾਲ ਨਾਲ ਬਣਦਾ ਰਹੂਗਾ। ਅਤੇ ਵੈਸੇ ਇੰਡੋਨੇਸ਼ੀਆ ਤੋਂ ਕਾਫੀ ਐਕਸਪੋਰਟ ਆ ਰਹੇ ਇੱਧਰ, ਮਤਲਬ ਜਿੱਦਾਂ ਸੁਫਾਰੀ ਹੈ, ਬਾਕੀ ਜੋ ਸਾਡੀ ਮਿਰਚ ਮਸਾਲਾ ਇੰਡੋਨੇਸ਼ੀਆ ਤੋਂ, ਉਹ ਵੀ ਪਾਕਿਸਤਾਨ ਆ ਰਹੇ ਹੈ, ਅਤੇ ਉਹ ਥੋੜ੍ਹਾ ਜਿਹਾ ਉੱਧਰਲੇ ਪਾਸੇ ਵੀ ਚੈੱਕ ਕਰਨਾ, ਮਤਲਬ ਬਿਜ਼ਨਸ ਸਾਈਡ ਉੱਧਰਲੇ ਪਾਸੇ ਕਰਨਾ। ਅੱਛਾ, ਤੁਸੀਂ ਇੰਡੋਨੇਸ਼ੀਆ ਤੋਂ ਆਏ ਹੋ, ਡਿਫਰੈਂਟ ਕੰਟਰੀਜ਼ ਤੋਂ ਇੱਥੇ ਯਾਤਰੀ ਆਉਂਦੇ ਨੇ, ਇੰਡੀਆ ਤੋਂ ਬਹੁਤ ਜ਼ਿਆਦਾ ਲੋਕ ਆਉਂਦੇ ਨੇ, ਅਤੇ ਕੁਛ ਲੋਕ ਕੰਟੈਕਟ 'ਚ ਹੈ ਨੇ ਕਿਸੇ ਨਾਲ ਮਿਲੋਗੇ, ਜਾਂ ਡਾਇਰੈਕਟ ਹੀ ਆਏ ਹੋ ਇੰਡੀਵਿਜੁਅਲੀ ਔਰ ਡਾਇਰੈਕਟ ਹੀ ਇੱਥੇ ਵਿਜ਼ਿਟ ਕਰਕੇ ਚਲੇ ਜਾਓਗੇ? ਡਾਇਰੈਕਟ, ਕਿਉਂਕਿ ਆਪਾਂ ਪਹਿਲਾਂ ਨੀਅਤ ਕੀਤੀ ਵੀ ਸਾਡੀ ਨੀਤੀ ਪੂਰੀ ਹੋ ਗਈ, ਬੁਲਾਵਾ ਆ ਗਿਆ, ਅਤੇ ਜਾਣਾ ਜਾਣਾ, ਨਾ ਕਿਸੇ ਨੂੰ ਦੇਖਣਾ। ਕੋਈ ਕਈ ਕਹਿੰਦੇ ਵੀ ਨਾ ਜਾਇਓ, ਉਹ ਇਮਰਾਨ ਖਾਨ ਦਾ ਕੁਛ ਪ੍ਰੋਬਲਮ ਹੋ ਗਿਆ ਉੱਥੇ, ਨਾ ਜਾਇਓ, ਕੈਂਸਲ ਕਰ ਦਿਉ, ਤਾਂ ਸਾਨੂੰ ਕੋਈ ਪਰਵਾਹ ਨਹੀਂ। ਅੱਛਾ, ਅਸੀਂ ਪੰਜਾਬ ਸਾਡਾ ਆ, ਧਰਤੀ ਸਾਡੀ ਆ, ਤੁਸੀਂ ਸਾਰੇ ਸਾਡੇ ਭਰਾ ਹੈਗੇ, ਸਹੀ, ਅਤੇ ਅਸੀਂ ਸਾਡੇ ਭਰਾਵਾਂ ਦੇ ਘਰ ਆਏ ਹੋਏ, ਅਤੇ ਜ਼ਰੂਰ, ਮਤਲਬ ਸਾਨੂੰ ਕੋਈ ਚਿੰਤਾ ਨਹੀਂ, ਕਿਸੇ ਦੀ ਚਿੰਤਾ ਨਹੀਂ ਹੈਗੀ ਸਾਡੀ। ਸਹੀ ਜੀ, ਚੰਗਾ। ਹੁਣ 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 ਇੱਥੋਂ ਅੱਗੇ ਤੁਸੀਂ ਗੁਰਦੁਆਰਾ ਜਾਣਾ? ਜੀ, ਗੁਰਦੁਆਰਾ ਸਾਹਿਬ ਜਾ ਰਹੇ, ਨਨਕਾਣਾ ਸਾਹਿਬ ਜੀ।
ਨਾਜ਼ਰੀਨ, ਇਹ ਮੇਰੇ ਨਾਲ ਮਹਿਮਾਨ ਸੀ, ਮੇਰੇ ਇੰਡੋਨੇਸ਼ੀਆ ਤੋਂ ਆਏ ਨੇ ਔਰ ਗੁਰਦੁਆਰਾ ਸਾਹਿਬ ਅਜੇ ਜਾ ਰਹੇ ਨੇ। ਮੋਟਰਵੇ 'ਤੇ ਅਸੀਂ ਖੜ੍ਹੇ ਹਾਂ, ਇੱਥੇ ਹੀ ਇਹਨਾਂ ਨਾਲ ਗੱਲਬਾਤ ਹੋ ਗਈ ਹੈ। ਉਮੀਦ ਕਰਦੇ ਹਾਂ ਸਾਰੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ। ਇਜਾਜ਼ਤ ਦਿਓ ਜੀ, ਰੱਬ ਰਾਖਾ।